ਅੱਖਾਂ ਟੇਡੀਆਂ ਕਰਕੇ ਨਾ ਲੰਘਿਆ ਕਰ। ਕਣਕ ਵੱਡੀ ਹੋਈ ਆ, ਦੇਖੀ ਕਿਤੇ ਤੇਰੇ ਤੇ ਲਾਉਣੀ ਪੈ ਜੇ, ਸਮਝ ਆ। ਯਾਰ ਤੂੰ ਆਪਣੀ ਦੁਨੀਆਂ ਜਾ ਵੀ ਘੈਂਟ ਬਣੀ ਜਾਂਦਾ, ਤੂੰ ਆਪਣੀ ਦੁਨੀਆਂ ਜਾ ਵੀ ਘੈਂਟ ਬਣੀ ਜਾਂਦਾ, ਆਪਣੀ ਹਿੱਕ ਨੂੰ ਆਪ ਹੀ ਥਾਪੜ ਕੇ ਆਪ ਹੀ ਤਣੀ ਜਾਂਦਾ। ਕਹਿੰਦਾ ਤੂੰ ਹੀ ਆ ਸਾਰਾ ਕੁਛ, ਉਹ ਤੂੰ ਹੀ ਆ ਸਾਰਾ ਕੁਛ, ਗੁੰਡਾ ਵੀ, ਬਦਮਾਸ਼ ਵੀ, ਸਟਾਰ ਵੀ, ਕਲਾਕਾਰ ਵੀ, ਬਾਲਾ ਘੈਂਟ ਆ ਨਾ ਤੂੰ, ਬਾਲਾ ਘੈਂਟ ਕਹੋਣਾ ਤੂੰ। ਸਤਿ ਸ਼੍ਰੀ ਅਕਾਲ ਦੋਸਤੋ, ਉਮੀਦ ਕਰਦੇ ਹਾਂ ਤੁਸੀਂ ਅਤੇ ਤੁਹਾਡਾ ਪਰਿਵਾਰ ਬਿਲਕੁਲ ਸੇਫ ਅਤੇ ਤੰਦਰੁਸਤ ਹੋਵੇਗਾ। ਸਿੱਧੂ ਮੂਸੇਵਾਲਾ ਅਤੇ ਕਰਨ ਔਜਲਾ ਦੋਨਾਂ ਵਿਚਕਾਰ ਚੱਲ ਰਹੀ ਕੋਲਡ ਵਾਰ ਬਾਰੇ ਤਾਂ ਸਾਰੇ ਹੀ ਚੰਗੀ ਤਰ੍ਹਾਂ ਜਾਣਦੇ ਨੇ, ਪਰ ਅੱਜ ਇਹ ਮਸਲਾ ਇੱਕ ਵਾਰ ਫਿਰ ਤੋਂ ਉਦੋਂ ਗਰਮਾ ਗਿਆ ਜਦੋਂ ਸਿੱਧੂ ਮੂਸੇਵਾਲੇ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕੀਤੀ ਜਿਸ ਦੇ ਵਿੱਚ ਕਿ ਇੱਕ ਸ਼ੇਅਰ ਸੀ ਜਿਸ ਦਾ ਰਿਪਲਾਈ ਸਿੱਧੂ ਮੂਸੇਵਾਲੇ ਨੂੰ ਕੀਤਾ ਗਿਆ ਕਰਨ ਔਜਲੇ ਦੇ ਇੱਕ ਫੈਨ ਵੱਲੋਂ। ਇਹ ਰਿਪਲਾਈ ਕੀ ਸੀ ਉਸ ਵੱਲ ਤੁਹਾਨੂੰ ਲੈ ਕੇ ਚੱਲਦੇ ਹਾਂ। ਉਸ ਤੋਂ ਪਹਿਲਾਂ ਵੀਡੀਓ ਦੇਖ ਰਹੇ ਸਾਰੇ ਦੋਸਤਾਂ ਨੂੰ ਰਿਕੁਐਸਟ ਹੈ ਕਿ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਕੇ ਸ਼ੇਅਰ ਕਰ ਦਿਓ ਅਤੇ ਹੋਰ ਨਵੇਂ ਵੀਡੀਓਜ਼ ਦੇ ਲਈ ਅਨਲਿਮਿਟਡ ਗਿਆਨ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਜ਼ਰੂਰ ਔਨ ਕਰ ਲਿਓ। ਸੋ ਆਓ ਹੁਣ ਤੁਹਾਨੂੰ ਲੈ ਚੱਲੀਏ ਵਾਇਰਲ ਹੋ ਰਹੀ ਇਸ ਵੀਡੀਓ ਕਲਿੱਪ ਵੱਲ, ਦੇਖਦੇ ਹਾਂ ਇਸ ਦੇ ਦੋਨੋਂ ਪਾਰਟ। ਪ੍ਰਧਾਨ ਅੱਖਾਂ ਟੇਡੀਆਂ ਕਰਕੇ ਨਾ ਲੰਘਿਆ ਕਰ, ਕਣਕ ਵੱਢੀ ਹੋਈ ਆ, ਦੇਖੀ ਕਿਤੇ ਤੇਰੇ ਤੇ ਲਾਉਣੀ ਪੈ ਜੇ, ਸਮਝ ਆ। ਉਹ ਪ੍ਰਧਾਨ ਜੇ ਤੂੰ ਕਣਕ ਵੇਚੀ ਆ ਫਿਰ ਅਸੀਂ ਵੀ ਕੋਈ ਛੋਲੇ ਨੀ ਵੇਚ ਗਏ ਬੱਸ ਅੱਡੇ ਤੇ, ਬਾਕੀ ਰਹੀ ਗੱਲ ਪੈਸੇ ਲਾਉਣ ਦੀ ਗੱਲ ਕਰਦਾ, ਉਹ ਤਾਂ ਤੇਰੇ ਤਾਂ ਅਸੀਂ ਕਣਕ ਤੋਂ ਬਗੈਰ ਹੀ ਲਾ ਦਾਂਗੇ, ਇੰਨੇ ਤਾਂ ਹੈਗੇ ਆ ਪ੍ਰਧਾਨ।